ਤੁਸੀਂ ਦੇਖ ਸਕਦੇ ਹੋ ਕਿ ਬਾਈਕ 'ਤੇ ਦੋ ਨੌਜਵਾਨ ਆਉਂਦੇ ਨੇ ਔਰ ਮਹਿਲਾ ਤੋਂ ਸਕੂਟੀ ਖੋ ਕੇ ਸਰੇਆਮ ਸਕੂਟੀ ਖੋ ਕੇ ਫਰਾਰ ਹੋ ਜਾਂਦੇ ਨੇ, ਪਰ ਮਹਿਲਾ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੀ ਸਕੂਟੀ ਨੂੰ ਬਚਾਉਣ ਦੇ ਲਈ, ਪਰ ਲੁਟੇਰੇ ਜ਼ਬਰਦਸਤੀ ਮਹਿਲਾ ਕੋਲ ਸਕੂਟੀ ਖੋ ਕੇ ਫਰਾਰ ਹੋ ਜਾਂਦੇ ਨੇ। ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਇਹ ਤਸਵੀਰਾਂ ਦੱਸਦੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹੀ ਦੀਆਂ ਹਨ। ਲੁਟੇਰਿਆਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਨੇ। ਸਰੇਆਮ ਮਹਿਲਾ ਕੋਲ ਸਕੂਟੀ ਖੋ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ। ਮਹਿਲਾ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੀ ਸਕੂਟੀ ਦੇ ਬਚਾਅ ਕਰਨ ਵਾਸਤੇ, ਪਰ ਮੋਟਰਸਾਈਕਲ ਲੁਟੇਰੇ ਮਹਿਲਾ ਨੂੰ ਧੱਕਾ ਦੇ ਕੇ ਉਹਦੀ ਸਕੂਟੀ ਸੁੱਟ ਦਿੰਦੇ ਨੇ ਅਤੇ ਬਾਅਦ ਵਿੱਚ ਸਕੂਟੀ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਇਹ ਤਸਵੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹੇ ਦੀਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਨੇ। ਮਹਿਲਾ ਦਾ ਘਰੋਂ ਵੀ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਲੁਟੇਰਿਆਂ ਵੱਲੋਂ ਸਰੇਆਮ ਮਹਿਲਾ ਦੀ ਸਕੂਟੀ ਖੋ ਕੇ ਜੋ ਲੁਟੇਰੇ ਉਹ ਫਰਾਰ ਹੋ ਜਾਂਦੇ ਨੇ। ਮਹਿਲਾ ਵੱਲੋਂ ਕਾਫੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਆਪਣੀ ਸਕੂਟੀ ਬਚਾਉਣ ਦੀ ਖਾਤਰ।